ਉਹ ਤਾਂ ਹਮੇਸ਼ਾ ਪੰਜਾਬੀਆਂ ਨੂੰ ਰਾਸ਼ਨ ਭੇਜਦਾ, ਮਕਾਨਾਂ ਲਈ ਪੈਸੇ ਭੇਜਦਾ, ਕਦੀ ਸਿਲੰਡਰ ਭੇਜਦੇ ਨੇ, ਕਦੀ 5 ਲੱਖ ਰੁਪਈਆ ਗਰੀਬਾਂ ਦੇ ਇਲਾਜ ਲਈ ਭੇਜਦਾ। ਲੇਕਿਨ ਨਾ ਸੈਂਟਰ ਸਰਕਾਰ ਦੱਸਦੀ, ਨਾ ਗਰੀਬਾਂ ਤਾਈਂ ਪਹੁੰਚਦਾ, ਪਹੁੰਚ ਕਰਦਾ ਕੋਈ, ਨਾ ਦੱਸਦਾ ਕਿ ਭੇਜਦਾ ਕੌਣ ਆ। ਦੋਸਤੋ, ਉਹਨਾਂ ਨੇ ਕਿਹਾ, ਪੰਜਾਬੀ ਮੈਨੂੰ ਯਾਰ ਪਿਆਰ ਕਿਉਂ ਨਹੀਂ ਕਰਦੇ, ਮੈਂ ਤਾਂ ਪੰਜਾਬ ਲਈ ਹਰ ਕੰਮ ਕਰਦਾ ਵਾਂ। ਕਹਿਣ ਲੱਗੇ, ਇੱਕ ਗੱਲ ਕਹਿ ਦੇ ਪੰਜਾਬੀਆਂ ਨੂੰ, ਜੇ ਯਕੀਨ ਕਰ ਲੈਣ ਜਿਹੜੀ ਉਹ ਤੇਰੇ ਨਾਲ ਗੱਲ ਕਰਨਗੇ, ਉਹ ਸਮਝੋ ਮੋਦੀ ਨਾਲ ਹੀ ਗੱਲ ਕਰ ਰਿਹਾ। ਹੌਟਲਾਈਨ ਹੀ ਉੱਥੇ ਲਵਾ ਦਊਂਗਾ ਨਾਲ ਦੀ ਨਾਲ। ਲੈ ਵੀ ਆਪਾਂ ਸਾਰੀਆਂ ਪਾਰਟੀਆਂ ਦੇਖ ਲਈਆਂ, ਸਾਰਿਆਂ ਨੂੰ ਪਰਖ ਲਿਆ, ਹੁਣ ਆਪਾਂ ਇੱਕ ਮੌਕਾ ਮੋਦੀ ਨੂੰ ਦੇ ਦਿਓ। ਆ ਹਰਿਆਣੇ ਦੀ ਹਾਲਤ ਕਿੰਨੀ ਬੁਰੀ ਹੁਣ, ਆਪਾਂ ਜਾਂਦੇ ਰਹੇ ਤਿੰਨ ਸਵਾਰੀਆਂ ਛੱਡਣ, ਕਰਨਾਲ ਚੋਂ ਲੰਘਣ ਨੂੰ ਦਿਲ ਨਹੀਂ ਕਰਦਾ ਹੁੰਦਾ, ਹੁਣ ਇੱਦਾਂ ਜਿੱਦਾਂ ਡਬਈ ਬਣਿਆ ਹੋਇਆ। ਉੱਥੇ ਬੇਟੀਆਂ ਨੂੰ, ਵਿਧਵਾਵਾਂ ਨੂੰ ਪੈਨਸ਼ਨ ਇੰਨੀ ਮਿਲਦੀ ਆ ਕਿ ਪਤਾ ਜ਼ਰੂਰ ਕਰੋ ਹਰਿਆਣੇ 'ਚ ਕਿੰਨੀ। ਤੁਹਾਨੂੰ ਹੋਰ ਮੈਂ ਗੱਲ ਦੱਸਾਂ, ਉੱਥੇ ਛੜਿਆਂ ਨੂੰ ਵੀ ਪੈਨਸ਼ਨ ਮਿਲਦੀ ਹੈ, ਤੁਹਾਨੂੰ ਪਤਾ ਇਸ ਗੱਲ ਦਾ? ਉਹ ਛੜਿਆਂ ਨੂੰ, ਮੈਂ ਬੜਾ ਹੈਰਾਨ ਹੋਇਆ, ਛੜਿਆਂ ਨੂੰ ਵੀ ਉਹਨੇ ਪੈਨਸ਼ਨ ਲਾਈ ਹੈ। ਇਹ ਆ ਜਿੱਥੇ ਸਰਕਾਰ ਬੀਜੇਪੀ ਆ। ਆ ਯੂਪੀ 'ਚ ਦੇਖ ਲਓ, ਖੰਘ ਨਹੀਂ ਸੀ ਕੁਛ ਸਕਦਾ ਹੁੰਦਾ, ਧੀਆਂ ਭੈਣਾਂ ਦੀ ਇੱਜ਼ਤ ਮਹਿਫੂਜ਼ ਨਹੀਂ ਹੁੰਦੀ ਯੂਪੀ 'ਚ। ਉੱਥੇ ਪਹਿਲਾਂ ਜਦੋਂ ਬਣਾਉਣ ਲੱਗੇ, ਉਹ ਕਹਿੰਦੇ ਇਹ ਸਾਧੂ ਜਿਹਾ ਕਿਹੜਾ ਲੈ ਆਏ ਆ, ਜੋਗੀ ਜੋਗੀ ਨੂੰ ਜਦੋਂ ਲਗਾਇਆ, ਉਹਨੇ ਪੇ ਦੇ ਪੁੱਤ ਨੇ ਨੱਥ ਪਾ ਦਿੱਤੀ ਆ। ਜਿੱਥੇ ਜਿੱਥੇ ਮੋਦੀ ਦੀ ਸਰਕਾਰ, ਉੱਥੇ ਖੁਸ਼ਹਾਲੀ ਆ। ਲੋਕਾਂ ਨੂੰ ਦੱਸੋ ਯਾਰ, ਮੋਦੀ ਨੇ ਆਪਣਾ ਬੁਰਾ ਕੀ ਕੀਤਾ? ਜਿਹਨਾਂ ਨੇ ਆਪਣੇ ਅਕਾਲ ਤਖ਼ਤ 'ਤੇ ਟੈਂਕ ਚੜ੍ਹਾ ਤੇ, ਉਹਨਾਂ ਦੀਆਂ ਸਰਕਾਰਾਂ ਵੀ ਬਣਾਈਆਂ ਹੀ ਆਪਾਂ, ਜਿਹਨਾਂ ਨੇ 84 ਦੇ ਦੰਗੇ ਕਰਾ ਕੇ ਲੱਖਾਂ ਬੰਦੇ ਮਰਵਾਏ, ਉਹਨਾਂ ਦੀਆਂ ਵੀ ਸਰਕਾਰਾਂ ਬਣਾਈਆਂ ਹੀ ਆਪਾਂ। ਮੋਦੀ ਨੇ ਆਪਣਾ ਕੀ ਵਿਗਾੜਿਆ ਯਾਰ? ਜਦੋਂ ਸੋਚਦਾ ਸਿੱਖਾਂ ਦਾ, ਸੋਚਦਾ ਪੰਜਾਬੀਆਂ ਦਾ, ਸੋਚਦਾ ਗਰੀਬਾਂ ਦਾ, ਕਹਿੰਦਾ ਬੇਟੀਆਂ ਦਾ, ਸੋਚਦਾ ਬੇਟੀ ਪੜ੍ਹਾਓ, ਬੇਟੀ ਬਚਾਓ, ਬੇਟੀ ਵਿਆਹੋ, ਧੀਆਂ ਦਾ ਇੰਨਾ ਕੁ ਫਿਕਰ ਕਰਦਾ। ਜਿਹੜੇ ਗੁੱਸੇ ਵਿੱਚ ਸਾਡੇ ਭੈਣ ਭਰਾ ਨੇ ਕਿਸਾਨ, ਉਹ ਵੀ ਇੱਕ ਦਿਨ ਠੀਕ ਹੋ ਜਾਣੇ, ਜੱਫੀਆਂ ਪੈ ਜਾਣੀਆਂ ਸਾਡੀਆਂ, ਇੱਥੇ ਹੀ ਉਹਨੇ ਰਹਿਣਾ ਅਤੇ ਸਾਦਾ ਜਿਹਾ ਬੰਦਾ ਇੱਥੇ ਕੁੱਲੀ ਪਾ ਕੇ ਰਹੂਗਾ, ਉਹ ਜਾਂਦਾ ਨਹੀਂ ਬੰਬੇ ਬੁੰਬੇ ਕਿਤੇ ਵੀ, ਉਹ ਛੱਡ ਹੀ ਦਿੱਤਾ ਮੈਂ ਕੰਮ। ਕੁੱਲੀ ਪਾਈ ਅਸਾਂ ਰਾਹ ਵਿੱਚ ਤੇਰੇ, ਆਉਂਦਾ ਜਾਂਦਾ ਤੱਕਦਾ ਰਵੀ, ਜਾਂ ਫਿਰ ਉਹ ਗੱਲ ਉਹੋ ਦਾ ਆਵਾਜ਼ ਆਵੇ ਕੁੱਲੀ ਦੀ ਫਕੀਰ ਦੇ ਵਿੱਚ। ਉਹ ਤਾਂ ਹਮੇਸ਼ਾ ਪੰਜਾਬੀਆਂ ਨੂੰ ਰਾਸ਼ਨ ਭੇਜਦਾ, ਮਕਾਨਾਂ ਲਈ ਪੈਸੇ ਭੇਜਦਾ, ਕਦੀ ਸਿਲੰਡਰ ਭੇਜਦੇ ਨੇ, ਕਦੀ 5 ਲੱਖ ਰੁਪਈਆ ਗਰੀਬਾਂ ਦੇ ਇਲਾਜ ਲਈ ਭੇਜਦਾ। ਲੇਕਿਨ ਨਾ ਸੈਂਟਰ ਸਰਕਾਰ ਦੱਸਦੀ, ਨਾ ਗਰੀਬਾਂ ਤਾਈਂ ਪਹੁੰਚਦਾ, ਪਹੁੰਚ ਕਰਦਾ ਕੋਈ, ਨਾ ਦੱਸਦਾ ਕਿ ਭੇਜਦਾ ਕੌਣ ਆ। ਦੋਸਤੋ, ਉਹਨਾਂ ਨੇ ਕਿਹਾ, ਪੰਜਾਬੀ ਮੈਨੂੰ ਯਾਰ ਪਿਆਰ ਕਿਉਂ ਨਹੀਂ ਕਰਦੇ, ਮੈਂ ਤਾਂ ਪੰਜਾਬ ਲਈ ਹਰ ਕੰਮ ਕਰਦਾ ਵਾਂ। ਕਹਿਣ ਲੱਗੇ, ਇੱਕ ਗੱਲ ਕਹਿ ਦੇ ਪੰਜਾਬੀਆਂ ਨੂੰ, ਜੇ ਯਕੀਨ ਕਰ ਲੈਣ ਜਿਹੜੀ ਉਹ ਤੇਰੇ ਨਾਲ ਗੱਲ ਕਰਨਗੇ, ਉਹ ਸਮਝੋ ਮੋਦੀ ਨਾਲ ਹੀ ਗੱਲ ਕਰ ਰਿਹਾ। ਹੌਟਲਾਈਨ ਹੀ ਉੱਥੇ ਲਵਾ ਦਊਂਗਾ ਨਾਲ ਦੀ ਨਾਲ। ਲੈ ਵੀ ਆਪਾਂ ਸਾਰੀਆਂ ਪਾਰਟੀਆਂ ਦੇਖ ਲਈਆਂ, ਸਾਰਿਆਂ ਨੂੰ ਪਰਖ ਲਿਆ, ਹੁਣ ਆਪਾਂ ਇੱਕ ਮੌਕਾ ਮੋਦੀ ਨੂੰ ਦੇ ਦਿਓ। ਆ ਹਰਿਆਣੇ ਦੀ ਹਾਲਤ ਕਿੰਨੀ ਬੁਰੀ ਹੁਣ, ਆਪਾਂ ਜਾਂਦੇ ਰਹੇ ਤਿੰਨ ਸਵਾਰੀਆਂ ਛੱਡਣ, ਕਰਨਾਲ ਚੋਂ ਲੰਘਣ ਨੂੰ ਦਿਲ ਨਹੀਂ ਕਰਦਾ ਹੁੰਦਾ, ਹੁਣ ਇੱਦਾਂ ਜਿੱਦਾਂ ਡਬਈ ਬਣਿਆ ਹੋਇਆ। ਉੱਥੇ ਬੇਟੀਆਂ ਨੂੰ, ਵਿਧਵਾਵਾਂ ਨੂੰ ਪੈਨਸ਼ਨ ਇੰਨੀ ਮਿਲਦੀ ਆ ਕਿ ਪਤਾ ਜ਼ਰੂਰ ਕਰੋ ਹਰਿਆਣੇ 'ਚ ਕਿੰਨੀ। ਤੁਹਾਨੂੰ ਹੋਰ ਮੈਂ ਗੱਲ ਦੱਸਾਂ,
ਉੱਥੇ ਛੜਿਆਂ ਨੂੰ ਵੀ ਪੈਨਸ਼ਨ ਮਿਲਦੀ ਹੈ। ਤੁਹਾਨੂੰ ਪਤਾ ਇਸ ਗੱਲ ਦਾ? ਉਹ ਛੜਿਆਂ ਨੂੰ ਮੈਂ ਬੜਾ ਹੈਰਾਨ ਹੋਇਆ, ਛੜਿਆਂ ਨੂੰ ਵੀ ਉਹਨੇ ਪੈਨਸ਼ਨ ਲਾਈ ਹੈ। ਇਹ ਆ ਜਿੱਥੇ ਸਰਕਾਰ ਬੀਜੇਪੀ ਆ, ਆ ਯੂਪੀ ਚ ਦੇਖ ਲਓ, ਖੰਘ ਨਹੀਂ ਸੀ ਕੁਛ ਸਕਦਾ ਹੁੰਦਾ। ਧੀਆਂ ਭੈਣਾਂ ਦੀ ਇੱਜ਼ਤ ਮਹਿਫੂਜ ਨਹੀਂ ਸੀ ਹੁੰਦੀ ਯੂਪੀ ਚ। ਉੱਥੇ ਪਹਿਲਾਂ ਜਦੋਂ ਬਣਾਉਣ ਲੱਗੇ, ਉਹ ਕਹਿੰਦੇ ਇਹ ਸਾਧੂ ਜਿਹਾ ਕਿਹੜਾ ਲੈ ਆਏ ਆ। ਜੋਗੀ ਜੋਗੀ ਨੂੰ ਜਦੋਂ ਲਗਾਇਆ, ਉਹਨੇ ਪੇ ਦੇ ਪੁੱਤ ਨੇ ਨੱਥ ਪਾ ਦਿੱਤੀ ਆ। ਜਿੱਥੇ ਜਿੱਥੇ ਮੋਦੀ ਦੀ ਸਰਕਾਰ, ਉੱਥੇ ਖੁਸ਼ਹਾਲੀ ਆਈ। ਲੋਕਾਂ ਨੂੰ ਦੱਸੋ ਯਾਰ, ਮੋਦੀ ਨੇ ਆਪਣਾ ਬੁਰਾ ਕੀ ਕੀਤਾ? ਜਿਹਨਾਂ ਨੇ ਆਪਣੇ ਅਕਾਲ ਤਖ਼ਤ ਤੇ ਟੈਂਕ ਚੜਾ ਤੇ, ਉਹਨਾਂ ਦੀਆਂ ਸਰਕਾਰਾਂ ਵੀ ਬਣਾਈਆਂ ਹੀ ਆਪਾਂ, ਜਿਹਨਾਂ ਨੇ 84 ਦੇ ਦੰਗੇ ਕਰਾ ਕੇ ਲੱਖਾਂ ਬੰਦੇ ਮਰਵਾਏ, ਉਹਨਾਂ ਦੀਆਂ ਵੀ ਸਰਕਾਰਾਂ ਬਣਾਈਆਂ ਹੀ ਆਪਾਂ। ਮੋਦੀ ਨੇ ਆਪਣਾ ਕੀ ਵਿਗਾੜਿਆ ਯਾਰ? ਜਦੋਂ ਸੋਚਦਾ ਸਿੱਖਾਂ ਦਾ, ਸੋਚਦਾ ਪੰਜਾਬੀਆਂ ਦਾ, ਸੋਚਦਾ ਗਰੀਬਾਂ ਦਾ, ਕਹਿੰਦਾ ਬੇਟੀਆਂ ਦਾ, ਸੋਚਦਾ ਬੇਟੀ ਪੜ੍ਹਾਓ, ਬੇਟੀ ਬਚਾਓ, ਬੇਟੀ ਵਿਆਹੋ, ਧੀਆਂ ਦਾ ਇੰਨਾ ਕੁ ਫਿਕਰ ਕਰਦਾ। ਜਿਹੜੇ ਗੁੱਸੇ ਵਿੱਚ ਸਾਡੇ ਭੈਣ ਭਰਾ ਨੇ ਕਿਸਾਨ, ਉਹ ਵੀ ਇੱਕ ਦਿਨ ਠੀਕ ਹੋ ਜਾਣੇ, ਜੱਫੀਆਂ ਪੈ ਜਾਣੀਆਂ ਸਾਡੀਆਂ। ਇੱਥੇ ਹੀ ਉਹਨੇ ਰਹਿਣਾ ਅਤੇ ਸਾਦਾ ਜਿਹਾ ਬੰਦਾ ਇੱਥੇ ਕੁੱਲੀ ਪਾ ਕੇ ਰਹੂਗਾ, ਉਹ ਜਾਂਦਾ ਨਹੀਂ ਬੰਬੇ ਬੁੰਬੇ ਕਿਤੇ ਵੀ, ਉਹ ਛੱਡ ਹੀ ਦਿੱਤਾ ਮੈਂ ਕੰਮ। ਕੁੱਲੀ ਪਾਈ ਐਸਾ ਰਾਹ ਵਿੱਚ ਤੇਰੇ, ਆਉਂਦਾ ਜਾਂਦਾ ਤੱਕਦਾ ਰਵੀ, ਜਾਂ ਫਿਰ ਉਹ ਗੱਲ ਆਹੋ ਦਾ ਆਵਾਜ਼ ਆਵੇ ਕੁੱਲੀ ਨਹੀਂ ਫਕੀਰ ਦੇ ਵਿੱਚ।